ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਛਤਰ ਸਾਹਿਬ ਹੈ ਸਲਾਨਾ ਗੁਰਮਤ ਸਮਾਗਮ ਮਿਤੀ 17 18 ਅਤੇ 19 ਨਵੰਬਰ 2023 ਗੁਰਦੁਆਰਾ ਸ਼ੀਸ਼ਮਹਿਲ ਸਾਹਿਬ ਸਿਸਵਾ ਮੁਹਾਲੀ ਵਿਖੇ ਯਾਦਗਾਰ ਸੱਚਖੰਡ ਵਾਸੀ ਬ੍ਰਹਿਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਾਜਰੇ ਵਾਲਿਆਂ ਦੀ ਮਿੱਠੀ ਨਿੱਘੀ ਯਾਦ ਦੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਿਤੀ 17 ਨਵੰਬਰ ਨੂੰ ਹਜ਼ੂਰੀ 라ਗੀ ਭਾਈ ਗੁਰਮੀਤ ਸਿੰਘ ਜੀ ਸ਼ਿਸ਼ਮੈਲ ਸਾਹਿਬ ਸਿਸਮਾ ਵਾਲੇ ਸੰਤ ਬਾਬਾ ਨਿਸ਼ੱਤਰ ਸਿੰਘ ਜੀ ਝਾਂਪੁਰ ਵਾਲੇ ਗਿਆਨੀ ਮਲਕੀਸ਼ ਸਿੰਘ ਜੀ ਪਪਰਾਲੀ ਢਾਡੀ ਜੱਥਾ 18 ਨਵੰਬਰ ਨੂੰ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਸੰਤ ਬਾਬਾ ਅਫਤਾਰ ਸਿੰਘ ਜੀ ਧੂਲਕੋਟ ਵਾਲੇ ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਵਾਲੇ ਅਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਢੱਡਾ ਸਾਹਿਵਾਲੇ ਅਤੇ 19 ਨਵੰਬਰ ਨੂੰ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਜੀ ਮੋਰਾਵਾਲੀ ਵਾਲੇ ਗਿਆਨੀ ਗੁਰਕੀਰਤ ਸਿੰਘ ਐਮਏ ਕਬਿਸ਼ਰੀ ਜਥਾ ਅਤੇ ਗਿਆਨੀ ਸ਼ਮਸ਼ੇਰ ਸਿੰਘ ਖੇੜੀ ਢਾਡੀ ਜਥਾ ਆਪ ਸੂ ਸੰਤਨਾਂ ਨੂੰ ਗੁਰਬਾਣੀ ਕੀਰਤਨ ਅਤੇ ਢਾਡੀ ਦੁਆਰਾ ਦੁਆਰਾ ਨਿਹਾਲ ਕਰਨਗੇ ਮਿਤੀ 19 ਨਵੰਬਰ ਨੂੰ ਵਿਸ਼ੇਸ਼ ਅੰਮ੍ਰਿਤ ਸੰਚਾਰ ਸਵੇਰੇ 10 ਵਜੇ ਹੋਵੇਗਾ ਿਸ ਮੋਕੇ ਗੁਰੂ ਕ੍ਰਿ ਲੰਗਰ ਅਟੁੱਟ ਵਰਤਣਗੇ ਇਹਨਾਂ ਸਮਾਗਮਾਂ ਦੀ ਸਮਾਪਤੀ ਤਿੰਨੋ ਦਿਨ ਸੰਤ ਬਾਬਾ ਕੁਲਜੀਤ ਸਿੰਘ ਜੀ ਵੱਲੋਂ ਕੀਤੀ ਜਾਵੇਗੀ ਬੇਨਤੀ ਕਰਤਾ ਸੰਤ ਬਾਬਾ ਕੁਲਜੀਤ ਸਿੰਘ ਜੀ ਸਿਸਮਾ ਵਾਲੇ ਫੋਨ ਨੰਬਰ 97790 78818 92211 00018 ਆਪ ਸੂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਵੱਤ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੋ ਜੀ ਇਹਨਾਂ ਸਮਾਗਮਾਂ ਦਾ ਲਾਈਵ ਟੈਲੀਕਾਸਟ ਗੁਰਕਿਰਪਾ ਟੀਵੀ ਇੰਟਰਨੈਟ ਅਤੇ YouTube ਚੈਨਲ ਤੇ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ